ਅੱਜ ਕਿਹੜਾ ਸ਼੍ਰੋਮਣੀ ਅਕਾਲੀ ਦਲ ਦਾ 99 ਸਾਲ ਮਨਾਇਆ ਗਿਆ ਆ ਉਹਦੇ ਸੰਬੰਧ 'ਚ ਅਸੀਂ ਆਪਣੇ ਵਰਕਰ ਸਾਹਿਬ ਨਾਲ ਮੀਟਿੰਗ ਕੀਤੀ ਸੀ ਅਤੇ ਧੰਨਵਾਦ ਕੀਤਾ ਮੈਂ ਉਹਨਾਂ ਦਾ ਅਸੀਂ ਨਾਲੇ ਵਾਲਿਆਂ ਦੀ ਸੰਗਤ ਦਾ ਕਿ ਜਿਨ੍ਹਾਂ ਨੇ ਉੱਥੇ ਆਪਣੀਆਂ ਜਿਹੜੀਆਂ ਡਿਊਟੀਆਂ ਹਾਈ ਕਮਾਂਡ ਉਹ ਲੱਗੀਆਂ ਸਨ ਉਹ ਅਸੀਂ ਉਹਦੇ ਤਨਦੇਹੀ ਨਾਲ ਨਿਭਾਈਆਂ ਸਾਡੇ ਨਾਲੇ ਹਲਕੇ ਵਾਲੇ ਸੰਗਤ ਨੇ ਅਤੇ ਧੰਨਵਾਦ ਕਰਦਾ ਮੈਂ ਸਰ ਸੁਖਦੇਵ ਸਿੰਘ ਢੀਂਡਸਾ ਸਾਹਿਬ ਦਾ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ ਦਾ ਸਰ ਰਵਿੰਦਰ ਸਿੰਘ ਜੀ ਦਾ ਸਰਦਾਰ ਸ਼ਰਨਾ ਦਾ ਸਰਦਾਰ ਰਾਮੂ ਵਾਲੀਆ ਸਾਹਿਬ ਦਾ ਸਰਦਾਰ ਜੀ ਕੇ ਦਾ ਸਰ ਹੋਰ ਜਿਹੜੇ ਖਾਸ ਕਰਕੇ ਚੀਫ ਖਾਲਸਾ ਦਵਾ ਜਿਹੜਾ ਖਾਸ ਚੀਫ ਖਾਲਸਾ ਦੀਵਾਨ ਦਾ ਸਕੂਲ ਸ਼੍ਰੀ ਹਰਕ੍ਰਿਸ਼ਨ ਪਬਲਿਕ ਸਕੂਲ ਜਿੱਥੇ ਸਾਨੂੰ ਉਹਨਾਂ ਨੇ 99 ਸਾਲ ਸਥਾਪਨਾ ਦਾ ਦਿਹਾੜਾ ਮਨਾਉਣ ਦੀ ਥਾਂ ਦਿੱਤੀ ਆਪਣੇ ਵੱਡ ਵਡੇਰਿਆਂ ਪਰੰਪਰਾਵਾਂ ਨੂੰ ਯਾਦ ਕਰਾਇਆ ਅਤੇ ਧੰਨਵਾਦੀ ਹਾਂ ਆਪਣੀ ਸੀਨੀਅਰ ਲੀਡਰਸ਼ਿਪ ਦਾ ਅਤੇ ਜਿਨ੍ਹਾਂ ਨੇ ਜਿਹੜੇ ਸਾਡੇ 99 ਸਾਲ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਹੇਠ ਜਿਹੜੇ ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ ਜਿਹੜੀਆਂ ਰਹਿਤ ਮਰਿਆਦਾ ਜਿਹੜੀ ਜਿਸ ਪਰੰਪਰਾਵਾਂ ਨੂੰ ਇਹਨਾਂ ਨੇ ਇੱਕ ਪ੍ਰਾਈਵੇਟ ਕੰਪਨੀ 'ਚ ਬਾਦਲ ਪਰਿਵਾਰ ਨੇ ਬਣਾ ਦਿੱਤਾ ਨਿੱਜੀਕਰਨ ਕਰਤਾ ਆ ਉਹ ਤੋਂ ਰਾਹਤ ਕਰਨ ਲਈ ਉਹ ਤੋਂ ਉਹਨਾਂ ਤੋਂ ਉਹਨਾਂ ਨੂੰ ਯਾਦ ਦਿਵਾਉਣ ਲਈ ਜਿਹੜੀ ਇੱਕ ਮੁਹਿੰਮ ਇੱਕ ਛੇੜੀ ਆ ਕਿ ਕਿਹੜਾ 100 ਸਾਲ ਕਿਹੜਾ 100ਵਾਂ ਸਾਲ ਚੜ੍ਹਨਾ ਆ ਇੱਕ ਸਾਲ ਦੇ ਵਿੱਚ ਹਰ ਹਲਕੇ 'ਚ ਹਰ ਨਗਰ 'ਚ ਹਰ ਗਲੀ 'ਚ ਹਰ ਨੁੱਕਰ 'ਚ ਆਪਣੀਆਂ ਨੁੱਕਰ ਮੀਟਿੰਗਾਂ ਕਰਕੇ ਜਿਹੜਾ 100ਵਾਂ ਸਾਲ ਮਨਾਉਣਾ ਜੋ ਉੱਥੇ ਸਟੇਜ 'ਤੇ ਹੋਇਆ ਜੋ ਸਾਡੇ ਸੀਨੀਅਰ ਨੇ ਇੱਕ ਪ੍ਰੋਗਰਾਮ ਲਿਖਿਆ ਉਹਦੇ 'ਚ ਸਰ ਸੁਖਦੇਵ ਸਿੰਘ ਢੀਂਡਸਾ ਸਰ ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ ਅਤੇ ਸਰ ਰਵਿੰਦਰ ਸਿੰਘ ਨੂੰ ਤਿੰਨਾਂ ਨੂੰ ਲੀਡਰ ਮੰਨ ਕੇ ਜੋ ਇਹ ਪ੍ਰੋਗਰਾਮ ਲਿਖਣਗੇ 100 ਸਾਲ ਮਨਾਉਣ ਲਈ ਜੋ ਵੀ ਸਾਡੀਆਂ ਜਿੱਥੇ ਜਿੱਥੇ ਵੀ ਡਿਊਟੀਆਂ ਲਾਉਣਗੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਲਈ ਕਿਹੜੀਆਂ ਇਹਨਾਂ ਜੋ ਵੀ ਸਾਨੂੰ ਹੁਕਮ ਕਰਨਗੇ ਉਹਨੂੰ ਅਸੀਂ ਸਿਰ ਮੱਥੇ ਪ੍ਰਵਾਨ ਕਰਾਂਗੇ। ਉਹ ਤਾਂ ਆਪੇ ਮਰੇ ਆਪੇ ਜੀਵੇ ਆਪੇ ਮਾਰ ਲਓ ਆਪੇ ਜਵਾ ਲਓ ਚਿੜੀਓ ਮਰ ਜਾਓ ਚਿੜੀਓ ਜਾਗ ਲਓ ਉਹ ਤਾਂ ਜੋ ਪ੍ਰਾਈਵੇਟ ਲਿਮਿਟਡ ਕੰਪਨੀ ਬਣੀ ਆ ਉਹਦੇ ਜੋ ਮਰਜ਼ੀ ਡਿਕਟੇਟਰਸ਼ਿਪ ਉੱਥੇ ਚੱਲਦੀ ਆ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਬੇੜਾ ਗਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ ਬੇੜਾ ਗਰਕ ਸ਼੍ਰੀ ਅਕਾਲ ਤਖਤ ਸਾਹਿਬ ਦੀਆਂ ਜਿਹੜੀਆਂ ਪਰੰਪਰਾਵਾਂ ਸਨ ਰਹਿਤ ਮਰਿਆਦਾ ਉਹਦਾ ਬੇੜਾ ਗਰਕ ਇਹਨਾਂ ਦੇ ਹਰ ਸੰਸਥਾ ਦਾ ਬੇੜਾ ਸਿੱਖੀ ਦਾ ਸਿੱਖਾਂ ਦਾ ਸਿੰਘਾਂ ਦਾ ਬੇੜਾ ਗਰਕ ਕਰਕੇ ਰੱਖਤਾ ਪਰੰਪਰਾਵਾਂ ਦਾ ਮਰਿਆਦਾ ਦਾ ਇਹਦੇ ਜਿਹਨੂੰ ਮਰਜ਼ੀ ਬਣਾ ਲੈਣ ਉਹ ਜਿਸ ਤਰ੍ਹਾਂ ਚਿੜੀਆਂ ਮਰ ਜਾਓ ਚਿੜੀਓ ਜੀਓ ਜੋ ਮਰਜ਼ੀ ਕਰੀ ਜਾਣ ਆਪੇ ਹੀ ਸਰੋਪੇ ਪਾਲਣ ਆਪੇ ਲਾ ਲੈਣ ਇਹਦੇ ਜੋ ਮਰਜ਼ੀ ਕਰੀ ਜਾਣ ਪ੍ਰਾਈਵੇਟ ਲਿਮਿਟਡ ਕੰਪਨੀ ਬਣੀ ਪਈ ਹੈ ਜੋ ਮਰਜ਼ੀ ਕਰਨ ਦੇ। ਹਾਂਜੀ ਇਹਦੀ ਗੱਲ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਹੱਕ 'ਚ ਹਾਂ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਹੱਕ 'ਚ ਹਾਂ ਅਕਾਲੀ ਦਲ ਸੀਗੇ ਅਕਾਲੀ ਦਲ ਲੈ ਗਏ ਅਕਾਲੀ ਦਲ ਰਹਿਣਾ ਜਿਹੜਾ ਬਾਦਲ ਦਲ ਦਾ ਆ ਉਹ ਜਿਹਨੇ ਤਾਂ ਬਾਦਲ ਦਲ ਜਾਣਾ ਜਿਨ੍ਹਾਂ ਨੇ ਉਹਨਾਂ ਦੀ ਚਾਪਲੂਸੀਆਂ ਕਰਨੀਆਂ ਜੇ ਤਾਂ ਤੁਸੀਂ ਰੇਤਾ ਚਲਾਉਣੀ ਜੇ ਬਜਰੀ ਵੇਚਣੀ ਜੇ ਟਰਾਂਸਪੋਰਟ ਵੇਚਣੀ ਜੇ ਟਰਾਂਸਪੋਰਟ ਚਲਾਉਣੀ ਜੇ ਕੇਬਲ ਚਲਾਉਣੀ ਜੇ ਮਾਫੀਆ ਚਲਾਉਣਾ ਜੇ
ਚਿੱਟਾ ਵੇਚਣਾ ਜੇ, ਨੌਜਵਾਨ ਪੀੜ੍ਹੀ ਨੂੰ ਚਿੱਟੇ ਦੇ ਲਾਉਣਾ ਜੇ, ਫਿਰ ਬਾਦਲ ਦਲ ਕਰ ਚਲ ਜਾਇਓ। ਕਿ ਜੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਨੀ ਆ ਤਾਂ ਜਿਹੜੇ ਸਾ ਸੁਖਦੇਵ ਸਿੰਘ ਢੀਂਡਸਾ, ਸਾ ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ, ਸਾ ਰਵਿੰਦਰ ਸਿੰਘ, ਜੇ ਪੰਜਾਬ ਸਿੱਖੀ ਨੂੰ, ਪੰਜਾਬ ਦੇ ਸੱਭਿਆਚਾਰ, ਪੰਜਾਬ ਦੀਆਂ ਧਾਰਮਿਕ ਪਰੰਪਰਾਵਾਂ ਜਿਹੜੀਆਂ ਸਾਡੀਆਂ 99 ਸਾਲ ਪਹਿਲਾਂ ਸਾਡੇ ਵੱਡ ਵਡੇਰਿਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਬਣਾਈਆਂ ਸਨ, ਅਤੇ ਫਿਰ ਸਾਡਾ ਸਾਥ ਦਿਓ ਭਰਾਓ। ਇਹ ਤਾਂ ਜੀ ਲੋਅ ਐਂਡ ਆਰਡਰ ਦਾ ਇੰਨੀ ਮਾੜੀ ਹਾਲਤ ਆ ਪੰਜਾਬ ਦੇ ਵਿੱਚ, ਅਤੇ ਕਿੱਥੇ ਪੁਲਿਸ ਖੁਦ ਸਮੈਕ 'ਤੇ ਲੱਗੀ ਹੋਵੇ। ਆਹ ਤਰਨ ਤਾਰਨ ਵੇਖੋ, ਮੈਡੀਕਲ ਚੈੱਕਅਪ ਹੋਏ ਆ। ਪਹਿਲਾਂ ਇੱਕ ਰਿਪੋਰਟ ਆ ਰਹੀ ਆ ਕਿ ਜਿਹੜੇ ਮੈਡੀਕਲ ਚੈੱਕਅਪ ਆ ਉਹ ਸਾਰਿਆਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ ਕਿ ਕੋਈ ਨਸ਼ਾ ਹੀ ਨਹੀਂ ਹੈ। ਫਿਰ ਉੱਥੇ ਕਿਸੇ ਨੇ ਲੋਕਲ ਬੰਦੇ ਨੇ ਰੌਲਾ ਪਾਇਆ, ਦੱਸਿਆ, ਫਿਰ ਦੁਬਾਰਾ ਚੈੱਕਅਪ ਡੀ ਜੀ ਪੀ ਤੱਕ ਗੱਲ ਹੋਈ, ਡੀ ਜੀ ਪੀ ਨੇ ਫਿਰ ਦੁਬਾਰਾ ਇਹ ਟੈਸਟ ਕਰਾਏ, ਅਤੇ ਮੇਰੇ ਖਿਆਲ 100 ਦੇ ਕਰੀਬ ਤਰਨ ਤਾਰਨ 'ਚੋਂ ਉਹ ਨਸ਼ਈ ਪੁਲਿਸ ਵਾਲੇ ਫੜੇ ਗਏ ਮੁਲਾਜ਼ਮ। ਅਤੇ ਦੱਸੋ ਕਿਹੜਾ ਰਾਜਾ ਹੀ ਨਸ਼ਈ ਹੋ ਜੇ, ਕਿਹੜਾ ਕਿੰਨੇ ਕਿਤੇ ਤੋਂ ਲੋਕਾਂ ਨੂੰ ਪੁਲਿਸ ਦੀ ਵਰਦੀ ਦਾ ਇੱਕ ਨਾਜ ਹੁੰਦਾ। ਮੈਂ ਇਹ ਨਹੀਂ ਕਹਿੰਦਾ ਸਾਰੀ ਪੁਲਿਸ ਮਾੜੀ ਆ, ਚੰਗੇ ਅਫਸਰ ਵੀ ਹੈਗੇ ਨੇ ਜਿਹੜੇ ਇਨਸਾਫ ਪਸੰਦ ਵੀ ਹੈਗੇ ਨੇ, ਪਰ ਜਿਹੜਾ ਅਮਲਾ ਦਮਲਾ ਥੱਲੇ ਨਸ਼ਈ ਹੋਇਆ ਹੋਵੇ, ਇੱਕ ਉੱਥੇ ਧੀਆਂ ਭੈਣਾਂ ਦੀ ਕੀ ਆਪਣੀ ਜਿੱਤੇ ਆਪ ਜਾਣੀ ਪੈਣੀ ਆ, ਆਪ ਖੜਨਾ ਪੈਣਾ ਆ, ਖੜੇ ਦਾ ਖਾਲਸਾ ਹੋਣਾ ਪੈਣਾ ਆ, ਗੁਰੂ ਦੀ ਕਿਰਪਾ ਚਾਹੀਦੀ ਆ। ਇਹ ਪੁਲਿਸ ਤੋਂ ਕੀ ਆਸ ਰੱਖੋਗੇ? ਇਹਦੇ ਇਹ ਕਾਂਗਰਸ ਦਾ ਜਦੋਂ ਵੀ ਰਾਜਭਾਗ ਹੁੰਦਾ, ਇਹ ਤਾਂ ਇੱਕ ਗੁੰਡਾ ਪੁਲਿਸ ਤੋਂ ਗੁੰਡਾ ਰਾਜ ਕਰਾਉਂਦੇ ਆ। ਪੁਲਿਸ ਜੋ ਕਰਦੀ ਹੈ ਤੁਹਾਡੇ ਮਹੀਨੇ ਬੰਨੇ MLA ਕੋਲ, ਜੋ ਤੁਹਾਨੂੰ ਪਤਾ ਮੈਂ ਕੀ ਦੱਸਾਂ, ਜਗ ਜਾ ਰਿਹਾ, ਸਭ ਸੰਗਤ ਜਾਣਦੀ ਆ ਜੋ ਹੋ ਰਿਹਾ, ਜੋ ਚੱਲ ਰਿਹਾ। ਅਤੇ ਕਿਤੇ ਤੁਸੀਂ ਆ ਬੱਚੀ ਦੀ ਗੱਲ ਕੀਤੀ ਆ, ਇਹ ਤੋਂ ਘਨੌੜੀ ਹਰਕਤ ਹੋ ਹੀ ਨਹੀਂ ਸਕਦੀ। ਅਤੇ ਮੈਂ ਇੱਕ ਜਿਹੜੀ ਉਦਾਹਰਨ ਕਰਨਾਟਕਾ 'ਚ ਜਿਹੜੀ ਉਹਨਾਂ ਨੇ ਦੱਸੀ ਆ, ਜਿਹੜੀ ਉਹ ਭਾਵੇਂ ਪੁਲਿਸ ਨੇ ਇਨਕਾਊਂਟਰ ਹੋਇਆ ਕੁਛ ਹੋਇਆ, ਇਹੋ ਜਿਹੀ ਉਦਾਹਰਨ ਪੇਸ਼ ਹੋਣੀ ਚਾਹੀਦੀ ਹੈ ਕਿ ਕੋਈ ਕਿਸੇ ਦੀ ਧੀ ਵੱਲ ਮਾੜੀ ਅੱਖ ਨਾਲ ਵੇਖ ਨਹੀਂ ਸਕੇ, ਕਿ ਭਾਵੇਂ ਗਰੀਬ ਦੀ ਧੀ ਆ, ਭਾਵੇਂ ਅਮੀਰ ਦੀ, ਭਾਵੇਂ ਕਿਸੇ ਧਰਮ ਦੀ, ਕਿਸੇ ਮਜ਼ਹਬ ਦੀ ਆ, ਇਹੋ ਜਿਹੀ ਉਦਾਹਰਨ ਪ੍ਰਸਤੁਤ ਹੋਣੀ ਚਾਹੀਦੀ ਆ ਕਿ ਦਹਾਂ ਨੂੰ ਕੰਨ ਹੋ ਜਾਣ। ਅਤੇ ਪੂਰੀ ਆਸ ਆ, ਉਹ ਤਾਂ ਜਿਹੜੇ ਜ਼ਮੀਰ ਵਾਲੇ ਹੋਣਗੇ, ਰੂਹ ਵਾਲੇ ਹੋਣਗੇ, ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਾਕਿਆ ਗੁਰੂ ਮੰਨਣ ਵਾਲੇ ਹੋਣਗੇ, ਜਿਹੜੇ ਕਿਸੇ ਨੂੰ ਸੱਚਾਈ ਅਤੇ ਖੁਦਾਈ ਨੂੰ ਮੰਨਣ ਵਾਲੇ ਹੋਣਗੇ, ਕਿਸੇ ਰਹਿਤ ਮਰਿਆਦਿਆਂ ਨੂੰ ਮੰਨਣ ਵਾਲੇ, ਉਹ ਤਾਂ ਜ਼ਰੂਰ ਆਪਣੀ ਰੂਹ ਦੀ, ਆਪਣੀ ਆਤਮਾ ਦੀ ਆਵਾਜ਼ ਸੁਣਨਗੇ। ਨਹੀਂ ਤਾਂ ਕਈ ਗਰਕ ਨੂੰ ਤਾਂ ਜਿੱਥੇ ਮਰਜ਼ੀ ਕੋਈ ਗਰਕ ਜਾਂਦਾ, ਇਹਦੇ ਗੁਰੂਆਂ ਵਾਲੇ ਵੀ ਕਈ ਗੰਗੂ ਦੇ ਕਈ ਚੰਦੂ ਹੋਏ ਨੇ ਉਦੋਂ ਤੋਂ ਹੀ, ਇਹਦੇ ਯੁੱਗ ਇਤਿਹਾਸ ਗਵਾਹ ਆ।